ਮੰਦਿਰ ਵਿੱਚ ਮੱਥਾ ਟੇਕਣ ਆਏ ਇੱਕ 20 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕਿਰਚਾਂ ਮਾਰ ਮਾਰ ਕੇ ਕਰਨਵੀਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਮੱਥਾ ਟੇਕਣ ਆਇਆ ਸੀ। ਭਵਾਨੀਗੜ੍ਹ ਦੇ ਪਿੰਡ ਬਖਤੜਾ ਦਾ ਰਹਿਣ ਵਾਲਾ ਸੀ ਕਰਨਵੀਰ, ਜੋ ਆਪਣੇ ਦੋਸਤਾਂ ਦੇ ਨਾਲ ਨਾਭਾ ਬਲਾਕ ਦੇ ਪਿੰਡ ਕਲਰਕੋਟ 'ਚ ਮਾਤਾ ਸ਼ੀਤਲਾ ਮੰਦਿਰ 'ਚ ਮੱਥਾ ਟੇਕਣ ਆਇਆ ਸੀ ਅਤੇ ਕਰਨਵੀਰ ਸਿੰਘ ਨੂੰ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਮੰਦਿਰ ਦੇ ਬਾਹਰ ਹੀ ਕਤਲ ਕਰ ਦਿੱਤਾ ਗਿਆ ਹੈ। ਬਖਤੜੇ ਪਿੰਡ ਦਾ ਰਹਿਣ ਵਾਲਾ ਕਰਨਵੀਰ ਸਿੰਘ ਆਪਣੇ ਦੋਸਤਾਂ ਦੇ ਨਾਲ ਨਾਭਾ ਨੇੜੇ ਪਿੰਡ ਕੱਲਰ ਦੇ ਮਾਤਾ ਸ਼ੀਤਲਾ ਮੰਦਿਰ 'ਚ ਆਇਆ ਸੀ। ਜਿਸ ਤੋਂ ਬਾਅਦ ਇਸ ਖਬਰ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚਦੀ ਹੈ, ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਅਤੇ ਅਣਪਛਾਤਿਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। ਉਧਰ ਦੂਜੇ ਪਾਸੇ ਮ੍ਰਿਤਕ ਦੇ ਛੋਟੇ ਭਰਾ ਨੇ ਕਿਹਾ ਕਿ ਮੇਰੇ ਵੱਡੇ ਭਰਾ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ, ਹਾਲਾਂਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਜਾਣਕਾਰੀ ਮੁਤਾਬਕ ਕਰਨਵੀਰ ਸਿੰਘ ਆਪਣੇ ਦੋਸਤਾਂ ਦੇ ਨਾਲ ਦੇਰ ਰਾਤ ਮੰਦਿਰ 'ਚ ਮੱਥਾ ਟੇਕਣ ਆਇਆ ਸੀ ਅਤੇ ਉਸ ਦੀ ਡੈੱਡ ਬਾਡੀ ਮੰਦਿਰ ਦੇ ਬਾਥਰੂਮਾਂ ਦੇ ਨੇੜਿਓਂ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੀ ਹੈ ਕਿ ਆਖਿਰ ਕਰਨਵੀਰ ਸਿੰਘ ਨੂੰ ਕਿਉਂ ਮਾਰਿਆ ਗਿਆ, ਹਾਲਾਂਕਿ ਪੇਸ਼ੇ ਤੋਂ ਉਹ ਟਰੱਕ ਡਰਾਈਵਰ ਸੀ। ਉੱਥੇ ਮਾਤਾ 'ਤੇ ਕੀਤਾ ਗਿਆ ਜੀ, ਉੱਥੇ ਮੱਥਾ ਟੇਕਣ ਗਏ ਸੀ, ਉੱਥੇ ਜਿੱਦ ਬਹਿਸ ਹੋ ਗਈ ਹੋਣੀ ਮੁੰਡੇ ਨਾਲ, ਉੱਥੇ ਲੜ ਪਏ ਉਹਨੇ, ਫਿਰ ਉਹਦੇ ਕਰਕੇ ਉਹਨਾਂ ਲਵੇ ਹਥਿਆਰ ਸੀ, ਇਹਨਾਂ ਲਵੇ ਕੁਛ ਹੈ ਨਹੀਂ ਸੀ, ਖਾਲੀ ਹੱਥ ਗਏ ਦਿੱਤਾ ਮੱਥਾ ਟੇਕਾਂ। ਉੱਥੇ ਉਹਨਾਂ ਨੇ ਕਰਚਾਂ ਕੁਰਚਾਂ ਮਾਰੀਆਂ, ਇਹਨਾਂ ਦੇ ਸਿਰ ਸੁਰ ਪਾੜ ਤੇ ਇਹਨਾਂ ਦੇ। ਤੁਹਾਡੇ ਭਰਾ ਦੇ ਕਿੱਥੇ ਮਾਰੇ ਗਏ? ਸਾਡੇ ਭਰਾ ਦੀ ਪਿੱਛੋਂ ਦੀ ਮਾਰੀ ਕਰਚ ਦਿਲ ਵਿੱਚ ਹੀ ਕੱਟਤੀ ਮੂਰੇ। ਬਾਕੀ ਇੱਥੇ ਢਿੱਡ ਢੁੱਡ ਤੇ ਮਾਰੀ ਹੋਈਆਂ ਨੇ ਕਰਚਾਂ ਕੁਰਚਾਂ ਜੀ, ਉਹ ਠੀਕ ਨੇ। ਹਾਂ, ਇੱਕ ਆ ਬਾਂਹ ਤੇ ਉਹਦੇ ਕਰਚੇ। ਤੁਹਾਡਾ ਭਰਾ ਕੀ ਕੰਮ ਕਰਦਾ ਸੀ? ਮੇਰਾ ਭਰਾ ਹੀ ਟਰੱਕ ਚਲਾਉਂਦਾ ਸੀ। ਉਹ ਕਿੰਨੇ ਜੀ ਕਿੰਨੇ ਸੀ ਬੰਦੇ? ਉਹ ਦੋ ਤਿੰਨ ਸੀ। ਉਹ ਵੀ ਦੋ ਤਿੰਨ ਸੀ? ਹਾਂ ਜੀ। ਅੱਛਾ, ਤੇ ਕੰਮ ਇਹੀ ਚਲਾਉਂਦਾ ਸੀ, ਘਰ ਦਾ ਗੁਜ਼ਾਰਾ ਇਹੀ? ਹਾਂ, ਇਹੀ ਚਲਾਉਂਦਾ ਸੀ, ਘਰ ਦਾ ਗੁਜ਼ਾਰਾ ਵੀ। ਹੁਣ ਕੀ ਮੰਗ ਕਰਦੇ ਸੀ? ਹੈ ਕੀ ਮੰਗ ਕਰਦੇ ਤੁਸੀਂ? ਮੰਗ ਸਾਨੂੰ ਇਨਸਾਫ ਚਾਹੀਦਾ ਜੀ। ਕਿੰਨੇ ਸਾਲ ਦੀ ਉਮਰ ਸੀ? ਉਹਦੀ 20 ਸਾਲ ਦੀ ਏਜ ਸੀ। ਇਹ ਰਾਤੀ ਸਾਨੂੰ ਸਵੇਰੇ ਵੀ ਇੰਟੀਮੇਸ਼ਨ ਆਈ ਹੈ ਹੋਸਪਿਟਲ 'ਚੋਂ, ਇੱਕ ਕਰਨਵੀਰ ਸਿੰਘ ਨਾਂ ਦੇ ਪਿੰਡ ਬਖਤੜੇ ਤੋਂ ਮੁੰਡੇ ਦੇ ਮਰਡਰ ਹੋਇਆ, ਅਤੇ ਬਾਕੀ ਉਹਨਾਂ ਦੇ ਵਾਰਸ ਆਉਂਦੇ ਨੇ ਜੀ, ਉਹਨਾਂ ਮੁਤਾਬਕ ਜੋ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਕਤਲ ਦਾ ਕੀ ਕਾਰਨ ਹੈ ਜੀ? ਸਰ ਉਹ ਜੀ ਉੱਥੇ ਪਤਾ ਲੱਗੂਗਾ ਜੀ ਉਸ ਤੋਂ। ਕਾਹਦੇ ਨਾਲ ਮਾਰਿਆ ਗਿਆ? ਦੇਖੋ, ਸਾਰ ਪੈਜ ਲੱਗਦੀਆਂ ਜੀ ਕਿਸੇ ਮਤਲਬ ਤਿੱਖੀ ਚੀਜ਼ ਨਾਲ, ਜਿਵੇਂ ਕੋਈ ਕਿਰਚ ਵਗੈਰਾ ਨਾਲ। ਡੈੱਥ ਕਰਨਵੀਰ ਦੀ ਮੌਕੇ 'ਤੇ ਹੋ ਗਈ ਸੀ? ਹਾਂਜੀ ਹਾਂਜੀ, ਬਰੋਡ ਡੈੱਡ ਲਿਆਂਦਾ ਹੋਇਆ ਇੱਥੇ ਹੋਸਪਿਟਲ 'ਚ, ਐਜ ਪਰ ਇੰਟੀਮੇਸ਼ਨ ਜੀ ਰਿਸੀਵਡ ਬਾਈ ਹੋਸਪਿਟਲ ਜੀ। ਇਹ ਇੱਥੇ ਕੀ ਕਰਨ ਆਇਆ ਸੀ ਕਰਨਵੀਰ? ਉੱਥੇ ਮੰਦਿਰ ਦੇ ਵਿੱਚ ਕਾਫੀ ਮੇਲੇ ਦੇ ਵਿੱਚ ਕਾਫੀ ਆਵਾਜਾਈ ਹੈ ਜੀ, ਇਹ ਵੀ ਇਸੇ ਤਰੀਕੇ ਨਾਲ ਆਇਆ ਹੋਇਆ। ਬਾਕੀ ਅਸੀਂ ਪੜਤਾਲ ਕਰਾਂਗੇ, ਤਫਤੀਸ਼ ਕਰਾਂਗੇ, ਜੋ ਹੋਊਗੀ ਅਸੀਂ ਪੂਰੀ ਡੂੰਘਾਈ ਨਾਲ। ਅਸੀਂ ਕਰਨਵੀਰ ਦੇ ਨਾਲ ਕੌਣ ਕੌਣ ਸੀਗਾ ਜੀ? ਇਹ ਅਜੇ ਉਹਨਾਂ ਨੇ ਸਟੇਟਮੈਂਟ ਲਿਖਾਈ ਨਹੀਂ ਜੀ, ਅਸੀਂ ਪੂਰੀ ਉਹ ਕਰਕੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਫੁੱਲੀ ਬਰੀਫ ਕਰ ਲਵਾਂਗੇ। ਉਹ ਬੰਦੇ ਕਿੰਨੇ ਸੀ ਪਤਾ ਲੱਗਿਆ ਵੀ ਜਿਹੜੇ ਹਮਲਾ ਕਰਨ ਵਾਲੇ ਦੇ ਜਿਹਨਾਂ ਨੇ ਮਾਰੇ? ਸਰ ਅਜੇ ਮਦਈ ਅਜੇ ਸਾਡੇ ਨਾਲ ਅਜੇ ਉਹਨਾਂ ਨੇ ਸਟੇਟਮੈਂਟ ਵਗੈਰਾ ਨਹੀਂ ਲਿਖੇ, ਉਹਨਾਂ ਦੇ ਮੁਤਾਬਕ ਜੋ ਕਹਿਣਗੇ ਉਹਦੇ ਮੁਤਾਬਕ ਕਰ ਰਹੇ। ਕਿਹੜੀ ਧਾਰਾ ਦੇ ਤਹਿਤ ਮਾਮਲਾ ਦਰਜ ਹੋਊਗਾ? ਉਹ ਵੀ ਜਦੋਂ ਮਰਡਰ ਹੈ ਸਰ ਫਿਰ ਤਾਂ 302 ਹੀ ਹੋਊਗੀ ਜੀ, ਬਾਕੀ ਬਿਆਨ ਲਿਖਾਉਣ ਤੋਂ ਬਾਅਦ ਹੀ ਸਪਸ਼ਟ ਹੋਊਗਾ ਜੀ।